एवरीवन कैसे हैं आप सब। आई होप आप सब लोग बहुत अच्छे होंगे जहाँ पर भी होंगे। रब आपको ऐसे ठीक ठाक रखे, हंसता मुस्कुराते रखे। सो गाइस आज मैं जिस वीडियो को लेकर आई हूँ आपके सामने, यानी कि सिख इतिहास की एक ऐसी वीडियो है जिसका टाइटल है काजी नूर मोहब्बत सिख हिस्ट्री। और ये जो है हमने पंजाब सिंह चैनल से ली हुई वीडियो, तो आप उसको ओरिजिनल वीडियो का लिंक आपको नीचे डिस्क्रिप्शन बॉक्स में मिल जाएगा, तो वहाँ से भी आप जाकर देख सकते हैं और मेरे चैनल पर भी देख सकते हैं। तो चलिए स्टार्ट करते हैं और जानते हैं इसका पूरा इतिहास क्या है। उससे पहले मैं आप लोगों से बोलना चाहती हूँ, प्लीज़ मुझे सपोर्ट करें एंड वीडियो अच्छी लगे तो लाइक एंड शेयर करें। तो स्टार्ट करते हैं वीडियो और देखते हैं। पूरी किताब ओह सिखां बारे बहुत अपशब्द बोलता, सिखां नूं ओह लांती गंदे कुत्ते ते काले मूंह वाले बुलांदा, पर ओही किताब दे अखीर च जाके ओह सिखां दी बहादुरी बारे लिखदा है। हुण एक सिखां दा कट्टर दुश्मन सिखां दी बहादुरी बारे की लिखदा है। हुण पहला ये जानना जरूरी है भी ये काजी नूर मुहम्मद है कौन सी। सही बात है। 18वीं सदी च जदों अहमद शाह अब्दाली भारत ते सत्तवां हमला करदा तां उह सिखां नूं मारन दा, सिखां दी नसल मिटाउण दा सोच के आया सीगा। ते अहमद शाह अब्दाली दा जवाई नासिर खान उह काजी नूर मुहम्मद नूं स्पैशली इस करके अपने नाल लैके आउंदा कि तू साडे नाल चल, कि साडी जंग होणी आ सिखां नाल, साडे बारे इक किताब लिखी जिहदे च ਸਾਡੀ ਚੜ੍ਹਾਈ ਦਿਖਾਈ ਪੂਰੀ ਤੇ ਸਾਡੇ ਵੈਰੀਆਂ ਬਾਰੇ ਗਲਤ ਮਤ ਲਿਖੀ। ਕਾਜ਼ੀ ਨੂਰ ਮੁਹੰਮਦ ਫਿਰ ਅਬਦਾਲੀ ਤੇ ਸਿੱਖਾਂ ਦੀਆਂ ਜਿੰਨੀਆਂ ਵੀ ਝੜਪਾਂ ਹੋਈਆਂ ਉਹਦੇ 'ਚ ਖੁਦ ਮੌਜੂਦ ਸੀਗਾ। ਇਹ ਸਾਰੀਆਂ ਜੰਗਾਂ ਤੋਂ ਬਾਅਦ ਜਦੋਂ ਇਹ ਵਾਪਸ ਜਾਂਦਾ ਤਾਂ ਵਾਪਸ ਜਾ ਕੇ ਇਹ ਕਿਤਾਬ ਲਿਖਦਾ ਹੈ ਫਾਰਸੀ ਦੀ ਜੰਗਨਾਮਾ। ਉਹਦੇ 'ਚ ਜੋ ਇਹਨੂੰ ਕੰਮ ਦਿੱਤਾ ਹੋਇਆ ਸੀ ਉਹੀ ਕਰਦਾ ਹੈ। ਸਿੱਖਾਂ ਨੂੰ ਰੱਜ ਕੇ ਇਹ ਗਾਲਾਂ ਕੱਢਦਾ ਹੈ, ਬੁਰੇ ਬੁਰੇ ਸ਼ਬਦ ਬੋਲਦਾ ਹੈ, ਸੱਗ ਸੱਗ ਲਿਖਦਾ ਹੈ। ਸੱਗ ਦਾ ਮਤਲਬ ਫਾਰਸੀ ਚ ਹੁੰਦਾ ਹੈ ਕੁੱਤਾ। ਕਾਲੇ ਮੂੰਹ ਵਾਲੇ ਲਿਖਦਾ ਹੈ ਸਿੱਖਾਂ ਨੂੰ। ਸਾਰੀ ਕਿਤਾਬ ਚ ਸਿੱਖਾਂ ਨੂੰ ਗਾਲਾਂ ਕੱਢਣ ਵਾਲਾ। ਕਿਤਾਬ ਦੇ ਆਖਰੀ ਪੰਨਿਆਂ ਤੇ ਆ ਕੇ ਉਹਦੀ ਜ਼ਮੀਰ ਤੇ ਇੱਕ ਐਸੀ ਸੱਟ ਵੱਜੀ ਕਿ ਉਹ ਸਿੱਖਾਂ ਦੀ ਬਹਾਦਰੀ ਬਾਰੇ ਲਿਖਦਾ ਹੈ, ਕਿਉਂਕਿ ਇਹਨੇ ਸਿੱਖਾਂ ਨੂੰ ਲੜਦਿਆਂ ਵੇਖਿਆ ਸੀ। ਅਬਦਾਲੀ ਦੀ ਲੱਖਾਂ ਦੀ ਫੌਜ ਨਾਲ ਜਦ ਮੁੱਠੀ ਭਰ ਗੁਰੂ ਦੇ ਸਿੰਘ ਲੜਦੇ ਸੀ ਤਾਂ ਉਹ ਇਹ ਕਿਵੇਂ ਬਿਆਨ ਕਰਦਾ ਹੈ ਉਹ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ ਇਹਦੀ ਕਿਤਾਬ ਚੋਂ। ਇਹ ਲਿਖਦਾ ਹੈ ਕਿ ਸਗਾਰਾ ਮਗੋ ਸਾਗ ਕੇ ਹਸਤੰਦ ਸ਼ੇਰ, ਬਖੈਦਾਂ ਮਰਦਾਂ ਚ ਸ਼ੇਰਾਂ ਦਲੇਰ। ਇਹ ਕਹਿੰਦਾ ਇਹਨਾਂ ਨੂੰ ਕੁੱਤੇ ਕਹਿਣਾ ਬਿਲਕੁਲ ਗਲਤ ਆ, ਕਿਉਂਕਿ ਇਹ ਸ਼ੇਰ ਨੇ, ਇਹ ਜੰਗ ਦੇ ਮੈਦਾਨ ਚ ਦਲੇਰ ਸ਼ੇਰਾਂ ਵਾਂਗ ਲੜਦੇ ਨੇ। ਇਹ ਕਹਿ ਰਿਹਾ ਸਿੱਖਾਂ ਦਾ ਕੱਟੜ ਦੁਸ਼ਮਣ। ਅਗਲੀ ਲਾਈਨ ਇਹ ਕਹਿੰਦਾ ਹੈ, ਸਰੇ ਨੇਜ਼ਾ ਬਾਜ਼ੀ ਦਰ ਅਰੰਦੇ ਦਸਤ, ਅਗਰ ਕੋ ਕਾਫ ਅਸਤ ਜਹਮ ਬੁਰਦੰਦ। ਕਹਿੰਦਾ ਜਦੋਂ ਇਹ ਆਪਣੇ ਨੇਜੇ ਦਾ ਮੂੰਹ ਅਸਮਾਨ ਵੱਲ ਕਰਦੇ ਨੇ ਤਾਂ ਇਹਨਾਂ ਦੇ ਸਾਹਮਣੇ ਚਾਹੇ ਪਹਾੜ ਵੀ ਆ ਜਾਏ ਇਹ ਉਹਨੂੰ ਵੀ ਪਾੜ ਸੁੱਟਦੇ ਨੇ। ਇਹ ਲਿਖ ਰਿਹਾ ਕਾਜ਼ੀ ਨੂਰ ਮੁਹੰਮਦ 18ਵੀਂ ਸਦੀ ਦੇ ਉਹ ਬਹਾਦਰ ਸਿੰਘਾਂ ਦੇ ਬਾਰੇ। ਹੁਣ ਸੋਚ ਕੇ ਦੇਖੋਗੇ ਜਿਹੜਾ ਬੰਦਾ ਆਇਆ ਹੀ ਇਹਨਾਂ ਦੀ ਬਦਨਾਮੀ ਕਰਨ ਸੀ ਉਹ ਵੀ ਰਹਿ ਨਹੀਂ ਸਕਿਆ। ਸਿੰਘਾਂ ਨੂੰ ਜੰਗ ਦੇ ਮੈਦਾਨ ਚ ਲੜਦਿਆਂ ਦੇਖ ਕੇ ਉਹ ਇਹਨਾਂ ਦੀ ਬਹਾਦਰੀ ਦੇ ਕਿੱਸੇ ਲਿਖਣ ਤੋਂ ਰੁਕ ਨਹੀਂ ਪਾਇਆ। ਅੱਗੇ ਕੀ ਲਿਖਦਾ ਹੈ ਕਾਜ਼ੀ ਨੂਰ ਮੁਹੰਮਦ, ਫਾਰਸੀ ਤੋਂ ਪੰਜਾਬੀ ਚ ਟ੍ਰਾਂਸਲੇਟ ਕੀਤਾ ਹੋਇਆ ਹੈ, ਉਹ ਤੁਹਾਨੂੰ ਪੂਰਾ ਪੜ੍ਹ ਕੇ ਸੁਣਾਉਣੇ ਆ। ਇਹ ਲਿਖਦਾ ਹੈ ਕਹਿੰਦਾ ਜੇ ਤੁਸੀਂ ਢੰਗ ਦੇ ਯੁੱਧ ਦੀ ਇੱਛਾ ਰੱਖਦੇ ਹੋ ਤਾਂ ਆਓ, ਕਹਿੰਦਾ ਮੈਦਾਨ ਚ ਆਓ ਤੇ ਇਹਨਾਂ ਦੇ ਸਾਹਮਣੇ ਖੜੇ ਹੋ ਜਾਓ। ਕਹਿੰਦਾ ਲੜਾਈ ਦੇ ਤੁਹਾਨੂੰ ਇਹੋ ਜਿਹੇ ਪੈਂਤਰੇ ਦਿਖਾਉਣਗੇ ਨਾ ਕਿ ਸਾਰੇ ਵਾਹ ਵਾਹ ਕਰਨ ਉੱਠਣਗੇ। ਅੱਗੇ ਇਹ ਲਿਖਦਾ ਹੈ ਕਹਿੰਦਾ ਜੇ ਤੁਸੀਂ ਲੜਾਈ ਦਾ ਢੰਗ ਸਿੱਖਣਾ ਤਾਂ ਇਹਨਾਂ ਕੋਲੋਂ ਸਿੱਖੋ। ਕਹਿੰਦਾ ਵੈਰੀ ਦੇ ਸਾਹਮਣੇ ਮਰਦਾਂ ਵਾਂਗ ਕਿਵੇਂ ਖੜੇ ਹੋਣਾ ਇਹ ਇਹਨਾਂ ਤੋਂ ਸਿੱਖੋ। ਕਹਿੰਦਾ ਮੈਦਾਨੇ ਜੰਗ ਚੋਂ ਸਹੀ ਸਲਾਮਤ ਕਿਵੇਂ ਨਿਕਲਣਾ ਇਹਨਾਂ ਤੋਂ ਸਿੱਖੋ। ਹੁਣ ਅੱਗੇ ਕੀ ਲਿਖਦਾ ਹੈ ਉਹ, ਅੱਗੇ ਲਿਖਦਾ ਹੈ ਕਹਿੰਦਾ ਸਿੰਘ ਇਹਨਾਂ ਦਾ ਇੱਕ ਨਾਂ ਹੈ, ਇਹ ਇਨਸਾਫ ਨਹੀਂ ਕਿ ਸਿੰਘ ਨੂੰ ਸੱਗ ਪੜਿਆ ਜਾਵੇ। ਹੁਣ ਇਹ ਆਪਦੀ ਗਲਤੀ ਦਾ ਵੀ ਪਛਤਾਵਾ ਕਰਦਾ ਹੈ, ਕਿਉਂਕਿ ਉਸ ਟਾਈਮ ਤੇ ਜਿਹੜੇ ਕੱਟੜਪੰਥੀ ਸੀਗੇ, ਜਿਹੜੇ ਸਿੱਖਾਂ ਨੂੰ ਸਿੰਘਾਂ ਨੂੰ ਨਫ਼ਰਤ ਕਰਦੇ ਸੀ ਉਹ ਮਜ਼ਾਕ ਉਡਾਉਂਦੇ ਸੀ, ਉਹ ਸੱਗ ਲਿਖ ਦਿੰਦੇ ਸੀ। ਸਿੰਘ ਪੰਜਾਬੀ 'ਚ ਸੀ, ਫਾਰਸੀ ਦਾ ਸ਼ਬਦ ਹੈ ਸੱਗ, ਸੱਗ ਦਾ ਮਤਲਬ ਹੁੰਦਾ ਹੈ ਕੁੱਤਾ। ਇਹਨੇ ਵੀ ਬਹੁਤ ਲਿਖਿਆ ਹੈ ਆਪਦੀ ਕਿਤਾਬ 'ਚ। ਤਾਂ ਇੱਥੇ ਇਹ ਬਹਾਦਰ ਕੌਮ ਬਾਰੇ ਲਿਖ ਰਿਹਾ ਹੈ ਕਿ ਇਹਨਾਂ ਨੂੰ ਸੱਗ ਲਿਖਣਾ ਗਲਤ ਆ, ਕਿ ਸਿੰਘ ਸਿੰਘ ਇਹਨਾਂ ਦਾ ਨਾਂ ਆ। ਅੱਗੇ ਇਹ ਲਿਖਦਾ ਹੈ ਕਹਿੰਦਾ ਜਦ ਇਹ ਹਿੰਦ ਦੀ ਤਲਵਾਰ ਹੱਥ 'ਚ ਫੜਦੇ ਨੇ ਤਾਂ ਹਿੰਦ ਤੋਂ ਸਿੰਧ ਤੱਕ ਧਰਤੀ ਕੰਬ ਜਾਂਦੀ ਆ। ਕਹਿੰਦਾ ਜਦੋਂ ਇਹ ਕਮਾਨ ਖਿੱਚਦੇ ਆ ਨਾ ਤਾਂ ਉਹ ਤੇ ਵੈਰੀ ਮਾਰ ਤੀਰ ਨੂੰ ਚਾੜਦੇ ਨੇ, ਮਤਲਬ ਕਿ ਜਦੋਂ ਇਹ ਤੀਰ ਚਾੜਦੇ ਨੇ ਆਪਦੇ ਕਮਾਨ ਤੇ
ਤਾਂ ਇਹਨਾਂ ਦੇ ਤੀਰ ਦਾ ਨਾਮ ਹੁੰਦਾ ਵੈਰੀ ਮਾਰ, ਕਿ ਉਹ ਖਾਲੀ ਨਹੀਂ ਜਾਂਦਾ ਕਿ ਆਪਦੇ ਵੈਰੀ ਨੂੰ ਮਾਰੇ ਬਿਨਾਂ ਸੁੱਕਾ ਹੀ ਚਲਿਆ ਜਾਵੇ। ਇਹ ਲਿਖਦਾ ਹੈ ਕਾਜ਼ੀ ਨੂਰ ਮੁਹੰਮਦ। ਅੱਗੇ ਕੀ ਲਿਖਦਾ ਇਹ, ਕਹਿੰਦਾ ਇਹਨਾਂ ਹਥਿਆਰਾਂ ਨੂੰ ਛੱਡ ਕੇ ਜੇ ਲੜਾਈ ਵੇਲੇ ਕਿਤੇ ਇਹ ਬੰਦੂਕ ਫੜ ਲੈਣ ਤਾਂ ਮੈਦਾਨ 'ਚ ਬੁੱਕਦੇ ਸ਼ੇਰਾਂ ਵਾਂਗ ਨਾਰੇ ਮਾਰਦੇ ਫਿਰਦੇ ਆ, ਨੱਚਦੇ ਫਿਰਦੇ ਆ। ਕਹਿੰਦਾ ਤੁਸੀਂ ਕਹਿੰਦੇ ਹੋ ਕਿ ਬੰਦੂਕ ਪੁਰਾਣੇ ਸਮਿਆਂ ਵੇਲੇ ਦੀ ਆ, ਪਰ ਮੈਨੂੰ ਲੱਗਦਾ ਕਿ ਇਹਨਾਂ ਨੇ ਬਣਾਈ ਆ, ਕਿਉਂਕਿ ਮੈਂ ਇਹਨਾਂ ਤੋਂ ਚੰਗੀ ਬੰਦੂਕ ਚਲਾਉਂਦੇ ਕਿਸੇ ਨੂੰ ਦੇਖਿਆ ਨਹੀਂ। ਕਹਿੰਦਾ ਜੇ ਕਿਤੇ ਜੰਗ ਦੇ ਮੈਦਾਨ 'ਚ ਇਹ ਹਾਰ ਵੀ ਜਾਣ ਨਾ ਤਾਂ ਆਪਦੀ ਹਾਰ ਨੂੰ ਵੀ ਇਹ ਹਾਰ ਨਹੀਂ ਮੰਨਦੇ। ਹੁਣ ਇਹ ਚੀਜ਼ ਸੋਚਣ ਵਾਲੀ ਆ ਕਿ ਉਹਨੂੰ ਕੀ ਲੋੜ ਆ, ਦੁਸ਼ਮਣ ਬੰਦਾ ਉਹ, ਕਿੱਡੀ ਵੱਡੀ ਚੀਜ਼ ਅਬਜ਼ਰਵ ਕੀਤੀ ਆ ਉਹਨੇ ਕਿ ਇਹ ਹਾਰ ਵੀ ਜਾਂਦੇ ਆ ਨਾ, ਇਹ ਆਪਦੀ ਹਾਰ ਨੂੰ ਵੀ ਹਾਰ ਨਹੀਂ ਮੰਨਦੇ। ਸਿੱਖਾਂ ਬਾਰੇ ਇੱਕ ਦੁਸ਼ਮਣ ਕੀ ਸੋਚ ਰਿਹਾ ਕਿ ਇਹ ਹਾਰ ਨੂੰ ਵੀ ਹਾਰ ਨਹੀਂ ਮੰਨਦੇ। ਪਰ ਅੱਜ ਕੱਲ੍ਹ ਨਿੱਕੀ ਮੋਟੀ ਹਾਰ ਤੇ ਕਈ ਲੋਕ ਹੌਸਲਾ ਛੱਡ ਜਾਂਦੇ ਨੇ ਕਿ ਅਸੀਂ ਹਾਰ ਗਏ ਹਾਂ, ਅਸੀਂ ਟੁੱਟ ਗਏ ਹਾਂ। ਪਰ ਦੇਖੋ ਤੁਹਾਡੇ ਦੁਸ਼ਮਣ, ਤੁਹਾਡੇ ਵੈਰੀ ਤੁਹਾਡੇ ਬਾਰੇ ਕੀ ਲਿਖਦੇ ਨੇ ਇਤਿਹਾਸ ਚੋਂ ਪੜ੍ਹ ਕੇ ਦੇਖੋ, ਫਿਰ ਆਪਾਂ ਨੂੰ ਇਹ ਹਾਰਾਂ ਹਾਰਾਂ ਨਹੀਂ ਲੱਗਣਗੀਆਂ। ਅੱਗੇ ਇਹ ਲਿਖਦਾ ਹੈ, ਇਸੇ ਹੀ ਲਾਈਨ ਨੂੰ ਉਹ ਕੰਟੀਨਿਊ ਕਰਦਾ ਹੈ, ਕਹਿੰਦਾ ਜੇ ਕਿਤੇ ਇਹ ਜੰਗ 'ਚ ਹਾਰ ਵੀ ਜਾਣ ਤਾਂ ਆਪਦੀ ਹਾਰ ਨੂੰ ਇਹ ਹਾਰ ਨਹੀਂ ਸਮਝਦੇ। ਕਹਿੰਦਾ ਹਾਰਨਾ ਵੀ ਇਹਨਾਂ ਦੇ ਲੜਨ ਦੀ ਕੋਈ ਚਲਾਕੀ ਆ। ਕਹਿੰਦਾ ਦੂਸਰੀ ਵਾਰ ਜਦ ਆਓਗੇ ਨਾ ਇਹਨਾਂ ਤੋਂ ਡਰੋ, ਇਹਨਾਂ ਤੋਂ ਪਹਿਲੀ ਵਾਰ ਨਾਲੋਂ ਵੀ ਜ਼ਿਆਦਾ ਡਰੋ। ਸੋਚੋ ਕਹਿੰਦਾ ਹਾਰਦੇ ਨਹੀਂ ਇਹ, ਕਹਿੰਦਾ ਜਦੋਂ ਦੂਜੀ ਵਾਰ ਆਉਣੇ ਹੋ ਨਾ ਕਿਸੇ ਭੁਲੇਖੇ 'ਚ ਨਾ ਰਹਿ ਜਾਇਓ, ਦੂਜੀ ਵਾਰ ਜਦੋਂ ਆਉਂਗੇ ਨਾ ਆਉਣੇ ਹੋ ਇਹਨਾਂ ਨਾਲ ਲੜਨ, ਐਂ ਨਾ ਸਮਝੋ ਵੀ ਹਾਰੇ ਹੋਏ ਨੇ। ਕਹਿੰਦਾ ਹੋਰ ਤਕੜੇ ਹੋ ਕੇ ਆਓ, ਤੁਹਾਡੇ ਸਾਰੇ ਭੁਲੇਖੇ ਕੱਢ ਦੇਣਗੇ। ਇਹ ਲਿਖਦਾ ਕਾਜ਼ੀ ਨੂਰ ਮੁਹੰਮਦ 18ਵੀਂ ਸਦੀ ਦੇ ਸਿੰਘਾਂ ਬਾਰੇ, 18ਵੀਂ ਸਦੀ ਦੇ ਉਹ ਸਿੰਘ ਜਿਨ੍ਹਾਂ ਨੇ 80 ਸਾਲ ਤਲਵਾਰ ਆਪਦੀ ਮਿਆਨ 'ਚ ਨਹੀਂ ਪਾਈ। ਆਪਾਂ ਕਹਿੰਦੇ ਹਾਂ ਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਲਿਆਉਣ 'ਚ ਇਹ ਯੋਧਿਆਂ ਦਾ ਬਹੁਤ ਵੱਡਾ ਹੱਥ ਸੀ। ਜੰਗਲਾਂ 'ਚ ਰਹਿ ਕੇ ਇੱਕ ਇੱਕ ਟਾਈਮ ਦੀ ਰੋਟੀ ਖਾ ਕੇ, ਇਕੱਲੇ ਛੋਲਿਆਂ ਦੇ ਦਾਣੇ ਖਾ ਖਾ ਕੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਸੌਂ ਕੇ ਇਹਨਾਂ ਨੇ ਜੰਗ ਜਾਰੀ ਰੱਖੀ, ਤਾਂ ਕਰਕੇ ਖਾਲਸੇ ਦਾ ਰਾਜ ਆਇਆ ਸੀਗਾ ਉਸ ਟਾਈਮ। ਹੁਣ ਜਿਹੜੀ ਅੱਗੇ ਚੀਜ਼ ਲਿਖਦਾ ਹੈ ਸਿੱਖਾਂ ਬਾਰੇ, ਉਹ ਸੋਚ ਕੇ ਦੇਖਿਓ, ਲੜਾਈ ਤੋਂ ਅਲੱਗ ਆ। ਉਹ ਕਹਿੰਦਾ ਹੈ ਕਿ ਮੈਂ ਬਹੁਤ ਸੂਰਮੇ ਦੇਖੇ ਨੇ, ਕਹਿੰਦਾ ਬਾਕੀ ਸੂਰਮਿਆਂ ਨਾਲੋਂ ਇਹਨਾਂ ਦੀ ਆਹ ਚੀਜ਼ ਬਹੁਤ ਅੱਡ ਆ, ਕਹਿੰਦਾ ਉਹ ਹੋਰ ਕਿਸੇ 'ਚ ਨਹੀਂ ਦੇਖੀ ਮੈਂ। ਉਹ ਕੀ ਚੀਜ਼ ਆ, ਉਹ ਲਿਖਦਾ ਹੈ ਕਹਿੰਦਾ ਇਹਨਾਂ ਦੀ ਲੜਾਈ ਤੋਂ ਬਿਨਾਂ ਇੱਕ ਹੋਰ ਨੁਕਤਾ ਸੁਣੋ, ਕਹਿੰਦਾ ਜਿਸ ਵਿੱਚ ਇਹ ਸਾਰੇ ਸੂਰਮਿਆਂ ਨਾਲੋਂ ਅੱਡ ਨੇ, ਕਹਿੰਦਾ ਇਹ ਬੁਜ਼ਦਲਾਂ ਨੂੰ ਨਹੀਂ ਮਾਰਦੇ। ਜਿਹੜਾ ਮੈਦਾਨ ਛੱਡ ਕੇ ਭੱਜ ਜਾਏ ਉਹਦਾ ਪਿੱਛਾ ਨਹੀਂ ਕਰਦੇ, ਔਰਤਾਂ ਦੇ ਗਹਿਣੇ ਤੇ ਇੱਜ਼ਤ ਨਹੀਂ ਲੁੱਟਦੇ, ਭਾਵੇਂ ਉਹ ਸਵਾਣੀ ਹੋਵੇ ਜਾਂ ਭਾਵੇਂ ਗੋਲੀ। ਹੁਣ ਅੱਜ ਦੇ ਟਾਈਮ 'ਚ ਵੀ ਆਪਾਂ ਦੇਖਦੇ ਹਾਂ ਪੂਰੀ ਦੁਨੀਆ 'ਚ ਸਿੱਖ ਕਮਿਊਨਿਟੀ ਦੀ ਕਿਵੇਂ ਲੋਕ ਇੱਜ਼ਤ ਕਰਦੇ ਨੇ। ਸਹੀ ਬਾਤ ਹੈ। ਕੋਈ ਵੀ ਧੀ ਭੈਣ ਜੇ ਅਨਸੇਫ ਫੀਲ ਕਰੇ ਤਾਂ ਉਹ ਸੋਚਦੀ ਆ ਕਿ ਜੇ ਕੋਈ ਸਰਦਾਰ ਮੇਰੇ ਕੋਲ ਖੜਾ ਤਾਂ ਮੈਂ ਸੇਫ ਹਾਂ। ਇਹ ਕਿੱਥੋਂ ਆਈ ਆ ਚੀਜ਼, ਕਿਉਂ ਆਪਾਂ ਨੂੰ ਇਹ ਰੁਤਬਾ ਦਿੱਤਾ ਜਾਂਦਾ? ਇਹ ਬਖਸ਼ਿਆ ਹੈ ਆਪਾਂ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਨੇ ਜ਼ਮੀਨ ਤੋਂ ਚੱਕ ਕੇ ਗਰੀਬ ਗੁਰਬਿਆਂ ਨੂੰ ਬਾਦਸ਼ਾਹੀਆਂ ਦਿੱਤੀਆਂ, ਪਾਤਸ਼ਾਹੀਆਂ ਦਿੱਤੀਆਂ। ਉਸ ਤੋਂ ਬਾਅਦ ਗੁਰੂ ਦੇ ਉਹ ਸਿੰਘਾਂ ਨੇ ਜਦੋਂ ਇਲਾਕੇ ਫਤਿਹ ਕੀਤੇ, ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ, ਵੱਡੇ ਵੱਡੇ ਇਲਾਕੇ ਜਿੱਤੇ, ਅਫਗਾਨ ਤੱਕ ਜਿੱਤੇ, ਤਾਂ ਉਹਨਾਂ ਨੇ ਕਦੇ ਕਿਸੇ ਦੁਸ਼ਮਣ ਦੀ ਧੀ ਭੈਣ ਨੂੰ ਹੱਥ ਨਹੀਂ ਸੀ ਪਾਇਆ। ਜਦੋਂ ਸਾਡਾ ਸ਼ੇਰ ਜਰਨੈਲ ਹਰੀ ਸਿੰਘ ਨਲਵਾ ਅਫਗਾਨ ਤੱਕ ਜਿੱਤ ਆਉਂਦਾ ਸੀ, ਦਰਾ ਖੈਬਰ ਤੱਕ ਖਾਲਸਾ ਰਾਜ ਦੇ ਝੰਡੇ ਗੱਡ ਆਉਂਦਾ ਸੀ, ਤਾਂ ਉਹ ਆਪਣੀ ਫੌਜ ਨੂੰ ਸਪੈਸ਼ਲ ਕਹਿੰਦਾ ਸੀ ਕਿ ਕਿਸੇ ਵੀ ਧੀ ਭੈਣ ਦੀ ਇੱਜ਼ਤ ਨਹੀਂ ਲੁੱਟਣੀ ਹੈ, ਕਿ ਵੈਰੀਆਂ ਦੀਆਂ ਧੀਆਂ ਭੈਣਾਂ ਵੀ ਆਪਣੀਆਂ ਧੀਆਂ ਭੈਣਾਂ ਹੀ ਨੇ। ਸਹੀ ਬਾਤ ਹੈ। ਜਦੋਂ ਨਾਦਰ ਸ਼ਾਹ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ ਹਿੰਦੂ ਬੀਬੀਆਂ ਨੂੰ ਚੱਕ ਕੇ ਲੈ ਜਾਂਦੇ ਸੀ, ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਵਰਗੇ ਸਿੱਖ ਯੋਧੇ ਉਹ ਹਿੰਦੂ ਬੀਬੀਆਂ ਨੂੰ ਇਹਨਾਂ ਤੋਂ ਛੁਡਾ ਕੇ ਆਪਣੇ ਖਰਚੇ ਤੇ ਉਹਨਾਂ ਦੇ ਘਰ ਛੱਡ ਕੇ ਆਉਂਦੇ ਸੀ। ਤਾਂ ਇਹ ਜਿਹੜੀਆਂ ਅੱਜ ਇੱਜ਼ਤਾਂ ਤੇ ਰੁਤਬਾ ਮਿਲ ਰਿਹਾ ਨਾ, ਇਹ ਉਹ ਸਿੱਖ ਯੋਧਿਆਂ ਤੇ ਸਾਡੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਆ। ਇਹ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਇਹਦੀ ਕਦਰ ਕਰਨੀ ਚਾਹੀਦੀ ਆ। ਇੱਦਾਂ ਦਾ ਹੀ ਕਿਰਦਾਰ ਦਿਖਾਉਣਾ ਚਾਹੀਦਾ ਹੈ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਇੱਜ਼ਤ ਐਵੇਂ ਹੀ ਬਣੀ ਰਹੇ। ਅੱਗੇ ਫਿਰ ਇਹ ਲਿਖਦਾ ਹੈ, ਕਹਿੰਦਾ ਇਹਨਾਂ ਦਾ ਪੰਥ ਨਾਨਕ ਤੋਂ ਸ਼ੁਰੂ ਹੋਇਆ, ਜਿਸ ਨੇ ਇਹਨਾਂ ਨੂੰ ਇੱਕ ਨਿਰਾਲਾ ਪੰਥ ਦਿੱਤਾ। ਕਹਿੰਦਾ ਉਸ ਤੋਂ ਬਾਅਦ ਇਹਨਾਂ ਦਾ ਇੱਕ ਗੁਰੂ ਗੋਬਿੰਦ ਸਿੰਘ ਹੋਇਆ, ਜੋ ਇਹਨਾਂ ਨੂੰ ਸਿੰਘ ਦੀ ਪਦਵੀ ਦੇ ਕੇ ਸ਼ੇਰ ਬਣਾ ਗਿਆ। ਸੋਚ ਕੇ ਦੇਖੋ, ਹੁਣ
दुश्मन दुश्मनों नूं भी पता कि ताकत कित्थों आई आ ते अपने ही कम्यूनिटी दे कुछ लोगों नूं इह चीज़ दा अहसास नहीं है कि इह ताकत की आ ते इह कित्थों आई आ। ਇਹ ਦਲੇਰੀ ਤੇ ਅਣਖ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਆ ਜਿਹੜੀ ਸਿੱਖਾਂ ਦੇ DNA ਚੋਂ ਕਦੇ ਨਹੀਂ ਮੁੱਕ ਸਕਦੀ। ਅੱਗੇ ਫਿਰ ਇਹ ਕੀ ਲਿਖਦਾ ਹੈ, ਕਹਿੰਦਾ ਇਹ ਹਿੰਦੂਆਂ ਵਿੱਚੋਂ ਨਹੀਂ ਹਨ, ਇਹਨਾਂ ਭੈੜਿਆਂ ਦਾ ਪੰਥ ਵੱਖਰਾ ਹੀ ਹੈ। ਤਾਂ ਇਹ ਸੀ ਕਾਜ਼ੀ ਨੂਰ ਮੁਹੰਮਦ ਦੀ ਲਿਖੀ ਕਿਤਾਬ ਜੰਗਨਾਮਾ ਦੇ ਅਖੀਰਲੇ ਪੰਨਿਆਂ 'ਚ ਜਿਹੜਾ ਉਹਨੇ ਸਿੰਘਾਂ ਦੀ ਬਹਾਦਰੀ ਬਾਰੇ ਸ਼ੇਅਰ ਲਿਖੇ ਨੇ। ਇੱਕ ਦੁਸ਼ਮਣ ਵੀ ਸਿੰਘਾਂ ਦੀ ਬਹਾਦਰੀ ਦਾ ਕਾਇਲ ਹੋ ਗਿਆ। ਪਰ ਇੱਥੇ ਇੱਕ ਇਤਿਹਾਸਕਾਰ ਦੀ ਇਮਾਨਦਾਰੀ ਦੇਖੋ, ਜੋ ਉਹਨੇ ਮਹਿਸੂਸ ਕੀਤਾ ਉਹ ਉਹਨੇ ਲਿਖ ਦਿੱਤਾ, ਜੋ ਸਿੰਘਾਂ ਦਾ ਕਿਰਦਾਰ ਉਹਨੇ ਦੇਖਿਆ ਮਹਿਸੂਸ ਕੀਤਾ ਉਹ ਉਹਨੇ ਪੂਰਾ ਹੂਬਹੂ ਲਿਖ ਦਿੱਤਾ। ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ। ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਨੂੰ ਤੁਸੀਂ ਲਾਈਕ ਅਤੇ ਸਬਸਕ੍ਰਾਈਬ ਕਰ ਸਕਦੇ ਹੋ। ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਜ਼ਰੂਰ ਦੱਸ ਦਿਆ ਕਰੋ। ਅਗਲੀ ਵੀਡੀਓ ਤੁਹਾਨੂੰ ਕਿਹੜੇ ਟੌਪਿਕ 'ਤੇ ਚਾਹੀਦੀ ਹੈ ਤੁਸੀਂ ਇਹ ਵੀ ਦੱਸ ਸਕਦੇ ਹੋ। ਤੁਸੀਂ ਸਾਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ 'ਤੇ ਜਾ ਕੇ ਤੁਸੀਂ ਸਾਨੂੰ ਸਟਾਰਸ ਭੇਜ ਸਕਦੇ ਹੋ ਅਤੇ ਯੂਟਿਊਬ 'ਤੇ ਤੁਸੀਂ ਜੁਆਇਨ ਕਰ ਸਕਦੇ ਹੋ। ਸਬਸਕ੍ਰਾਈਬ ਦੇ ਨਾਲ ਵਾਲਾ ਬਟਨ ਜੁਆਇਨ ਦਾ ਹੁੰਦਾ ਹੈ। ਅਤੇ ਸਾਡੀ ਇੱਕ ਬੇਨਤੀ ਆ ਕਿ ਸਾਡੀਆਂ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਨਾਲ ਜੋੜ ਸਕੀਏ, ਸਿੱਖ ਇਤਿਹਾਸ ਨਾਲ ਜੋੜ ਸਕੀਏ, ਪੰਜਾਬ ਦੇ ਇਤਿਹਾਸ ਨਾਲ ਜੋੜ ਸਕੀਏ। ਇਤਿਹਾਸ ਦੱਸਦੇ ਹਾਂ, ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਖਿਮਾ ਦੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖਾ ਆਪਨੇ, ਮਤਲਬ ਇਹ ਜੋ ਹਮਾਰੇ ਸਿੱਖ ਹੈ, ਮਤਲਬ ਸੋਚੀਏ ਉਨਕੇ ਲੋਕ ਕਿਤਨੇ ਕਾਇਲ ਹੈ ਕਿ ਇੱਕ ਦੁਸ਼ਮਣ ਜੋ उन जिनको मतलब बुराई लिखनी उनके बारे में और वो भी उनकी बहादुरी का, उनकी समझदारी का, उनकी उनका जो लड़ने का एक जज्बा था, उनका जुनून, उनकी शक्ति, मतलब एक तरीके से कह सकते हैं ना पूरा पूरा उनका दीवाना हो गया। हम और आप क्या करते हैं, अगर हमें थोड़े से भी गुण हैं तो हम ना लोगों को जाके ऐसे बताते हैं कि मुझे ये क्वालिटी, मुझे ये आता है, अपनी वाहवाही पसंद करते हैं और लोगों से चाहते हैं, उम्मीद रखते हैं कि यार सामने वाला इंसान मेरी तारीफ़ करे, यार सामने वाला, मतलब अपने आप को हम लोग रिप्रेजेंट करते हैं किस तरीके से कि हाँ सबको पता चले कि मेरे अंदर ये टैलेंट है। पर हमारे सिख बंदे जो हैं भैया कमाल, मतलब उनको खुद से बोलना ही नहीं पड़ा कुछ, जो सामने आया बंदा उनका दुश्मन है और वो उनको गिराने पर आया है वही उनको पकड़ के ऐसे खड़ा कर देता है। कितनी बड़ी बात होती है इंसान का जो दिमाग होता है उसको डाइवर्ट करना, और वो खुद से नहीं कर रहा है, वो उनको देख कर कर रहा है। सोचिए उनको उस समय, अब हम और आप तो केवल ये चीज़ सुनते हैं कि वो इतने शक्तिशाली थे, उनके उनके पास इतनी शक्तियाँ थी, वो ऐसे लड़ते थे, और जो इंसान अपनी आँखों से देख रहा है तो यार उस पर कितना बड़ा प्रभाव पड़ता होगा। कुछ तो बात होगी, तब तो उसका एकदम से दिमाग चेंज हो गया और उसने जो लिखना था वो सच में लिखा, मतलब जो उसको अंदर से फील हुआ कि नहीं यार मैं गलत लिख रहा हूँ, मैं इनको ऐसे नहीं बोल सकता क्योंकि वो ऐसे हैं ही नहीं, वो भी एक दुश्मन। मतलब आप किसी को खड़ा करते हो अपनी अच्छाई लिखने के लिए तो वो तो लिख देगा, लेकिन जो इंसान आपकी बुराइयाँ लिखने आया, आपको नीचा गिराने आया, वो इंसान आपके बारे में एक अच्छा अच्छा लिख दे तो बहुत बड़ी बात होती है यार, काबिले तारीफ है ये चीज़। और हम सब जानते हैं कि हमारा जो सिख इतिहास है वो इतना स्ट्रॉन्ग है, इतना पावरफुल है कि जब भी मैं उसे सुनती हूँ तो मुझे ऐसा लगता है कि मैं क्यों नहीं उस धर्म में पैदा हुई, क्योंकि कहते हैं ना कहीं इंसान का जो है वो कुछ ना कुछ प्रभाव पड़ता है यार, चाहे कोई भी इंसान हो। तो अगर मैं अगर उससे कनेक्ट हो रही हूँ कहीं ना कहीं तो मुझे ऐसा लगता है कि यार मुझे भी उस धर्म में होना चाहिए था, बट मैं नहीं हूँ, मेरी किस्मत ख़राब है। पर ऐसा नहीं है यार किसी की, क्योंकि हम कहते हैं कि अगर मैं उस धर्म में नहीं हूँ लेकिन फिर भी मैं ऐसा काम कर सकते हैं जो उस धर्म से रिलेटेड है और जो उस धर्म के लोग करते हैं, या कोई धर्म नहीं है वहाँ पर, हम सब जानते हैं। अपने आप को इस तरीके से बनाना बहुत मुश्किल है, बहुत 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 ज़्यादा मुश्किल है। बाकी वीडियो बहुत अच्छा लगा था, अगर आपको ओरिजिनल वीडियो का लिंक भी चाहिए तो हमारे नीचे डिस्क्रिप्शन बॉक्स में दिया हुआ है, आप वहाँ से भी जाकर पंजाब सिंह चैनल देख सकते हैं और वो वीडियो, उनके चैनल पर बहुत सारी अच्छी अच्छी वीडियो है तो आप उन्हें भी चेकआउट कर सकते हैं। और उम्मीद करते हैं आपको ये वीडियो पसंद आया होगा, पसंद आया तो प्लीज़ सपोर्ट कीजिए। टेक केयर एंड बाय बाय।